ਉਹਨਾਂ ਨੇ ਨਾ ਮਾਰ ਮਾਰ ਕੇ ਕੰਨ ਦੇ ਨਾਲ ਇਸ ਤਰ੍ਹਾਂ ਨਾ ਤਾਂਘ ਲਾ ਦਿੱਤੀ ਹੈ। ਹਾਂਜੀ 75 ਕੁ ਭਾਰੂ ਮਾਰ ਕੇ ਤੇ ਨਾਰਾਇਣ ਦੇ ਹਿਸਾਬ ਨਾਲ ਪੌੜੀ ਬਣਾ ਲਈ ਵੀ ਅਸੀਂ ਹੁਣ ਛਾਲ ਮਾਰਾਂਗੇ ਬਾਹਰ ਨਿਕਲ ਜਾਵਾਂਗੇ। ਆਪ ਰੱਜ ਰੁੱਜ ਕੇ ਤੇ ਖੀਰ ਤੇ ਉਹ ਮਸਾਲੇ ਖਾਧੇ ਦੋ ਤਿੰਨ ਨੇ, ਦੋ ਤਿੰਨ ਹੀ ਖਾਧੇ ਨੇ ਵੀ ਜਿੰਨੇ ਦੋ ਜੋੜਾ ਵੇਖਾ ਸੀ ਤੇ ਉਹਨਾਂ ਨੇ ਕਿੰਨਾ ਕੁ ਖਾ ਲੈਣਾ ਸੀ। ਵਿੱਚ ਵੜ ਗਿਆ ਸੀ ਤੇ ਬੇਫਿਕਰਿਆਂ ਵੀ ਛਾਪੇ ਲੱਗੇ ਨੇ 8 ਫੁੱਟ ਕੰਧੇ, ਕਿੱਥੋਂ ਬਘਿਆੜ ਨੇ ਆ ਜਾਣਾ ਜੀ। ਅੱਛਾ ਤੁਹਾਨੂੰ ਪਤਾ ਹੈਗਾ ਸੀ ਵੀ ਬਘਿਆੜ ਜਿਹੜਾ ਉਹ ਆ ਸਕਦਾ? ਆ ਸਕਦਾ, ਖਤਰਾ ਪੈਂਦਾ ਸੀ ਉਧਰ, ਖਤਰਾ ਤਾਂ ਬੜਾ ਸੀ ਜੀ। ਉੱਥੇ ਬਘਿਆੜ ਤਾਂ ਕੁੜੀ ਅਵੇ ਨਵੇਂ ਫਿਰਦੇ ਜਿਵੇਂ ਹੁਣ ਕੁੱਤੇ ਫਿਰਦੇ ਨੇ ਆਪਣੇ ਇਲਾਕਿਆਂ 'ਚ। ਉਦੋਂ ਪਤਾ ਲੱਗਣ ਦੇਣਾ ਜਦੋਂ ਫੜੀ ਕੰਨੋ ਤੋਂ ਬੱਕਰੀ ਭਜਾਈ ਲਿਆ ਤੇ ਭੱਜੋ ਵੀ ਭੱਜੋ ਭੱਜੋ ਫੜੀ ਹੋ ਜੀ, ਉਹ ਜੀ ਕੋਈ ਛਡਾ ਲੈਣੀ, ਕੋਈ ਬੂਟਿਆਂ 'ਚ ਲੈ ਜਾਣੀ, ਉਹ ਸਾਡੇ ਭਜਦਿਆਂ ਭਜਦਿਆਂ ਉਹ ਨਸੰਗੀ ਘੁੱਟ ਕੇ ਮਾਰ ਦੇਣੀ ਬੱਕਰੀ ਨੂੰ, ਮਗਰੋਂ ਐਂ ਪੁੱਛਣ ਮਾਰਦੇ ਰਹੀ ਕਰਕੇ ਦੱਬ ਕੇ ਬੱਕਰੀ ਸਗੋਂ ਆਪਦੇ ਆਪ ਹੀ ਭੱਜੀ ਜਾਂਦੀ ਡਰਦੀ ਚਾਰੀ। ਅੱਛਾ ਜੀ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ? ਉਮੀਦ ਕਰਨੇ ਕਿ ਸਭ ਠੀਕ ਠਾਕ ਹੋਵਣ ਦੇ। ਅਸੀਂ ਇਸ ਰਾਤ ਦੇ ਟਾਈਮ ਤੇ ਵੀਡੀਓ ਬਣਾ ਰਹੇ ਹਾਂ ਮੁਮਤਾਜ਼ ਸਾਹਿਬ ਦੀ। ਅੱਜ ਅਸੀਂ ਨਵੀਂ ਵੀਡੀਓ ਲੈ ਗਏ ਹਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਬਘਿਆੜ ਜਿਹਨੂੰ ਭੇੜੀਆ ਕਹਿੰਦੇ ਨੇ, ਵੁਲਫ, ਜਿਹੜਾ ਅੱਜ ਕੱਲ੍ਹ ਅਮਰੀਕਾ ਦੀਆਂ ਸੜਕਾਂ 'ਤੇ ਰੂਸ ਦੀਆਂ ਸੜਕਾਂ 'ਤੇ ਪਾਇਆ ਜਾਂਦਾ ਹੈ, ਉਹ ਅੱਜ ਤੋਂ ਕੁਝ 40 ਸਾਲ ਪਹਿਲੇ ਮੁਮਤਾਜ਼ ਸਾਹਿਬ ਜਦੋਂ ਬੂਰੇ ਵਾਲੇ ਹੁੰਦੇ ਸੀ ਉਦੋਂ ਇਹਨਾਂ ਦੀਆਂ ਭੇਡਾਂ 'ਤੇ ਕਿਵੇਂ ਉਹਨੇ ਹਮਲਾ ਕੀਤਾ। 150 ਭੇਡ ਦੇ ਵਿੱਚੋਂ 75 ਭੇਡਾਂ ਜਿਹੜੀਆਂ ਨੇ ਉਹਨਾਂ ਉਂਝ ਹੀ ਮਾਰ ਮੂਰ ਦਿੱਤੀਆਂ, ਕੁਝ ਜਿੰਨਾ ਰੱਜ ਪੁੱਜ ਕੇ ਖਾਧਾ ਉਹਨਾਂ ਨੇ। ਉਸ ਤੋਂ ਬਾਅਦ ਫਿਰ ਕਿਵੇਂ ਉਹ ਬਾਹਰ ਨਿਕਲਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ, ਅਤੇ ਦੂਸਰੇ ਨੰਬਰ 'ਤੇ ਜਦੋਂ ਫਿਰ ਇਹ ਤੇ ਗੰਜੇ ਬਾਰਡਰ 'ਤੇ ਆਏ ਨੇ ਉਹਦੇ ਬਾਰੇ ਵੀ ਇਹ ਦੱਸਦੇ ਪਏ ਨੇ ਕਿ ਸਾਡੇ ਕੋਲੋਂ ਹੀ ਜਿਹੜਾ ਭੇੜੀਆ ਏ ਉਹ ਬਘਿਆੜ ਉਸ ਕੰਨ ਜਿਵੇਂ ਉਹਨੂੰ ਫੜਦਾ ਸੀ ਬੱਕਰੀ ਦਾ ਅਤੇ ਉਹਨੂੰ ਲਿਜਾ ਕੇ ਅਤੇ ਮਾਰ ਦਿੰਦਾ ਸੀ ਜਾਂ ਉਹਨੂੰ ਰਸਤੇ ਦੇ ਵਿੱਚ ਚੀਰ ਫਾੜ ਕਰ ਦਿੰਦਾ ਸੀ। ਵੀਡੀਓ ਵੱਲ ਅੱਗੇ ਵਧਦੇ ਹਾਂ, ਲੇਕਿਨ ਉਸ ਤੋਂ ਪਹਿਲੇ ਅਗਰ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰਕੇ ਨਾਲ ਹੀ ਘੰਟੀ ਦੇ ਬਟਨ ਨੂੰ ਕਲਿੱਕ ਕਰ ਦਿਆ ਕਰੋ ਤਾਂ ਕਿ ਤੁਹਾਡੀ ਜਿੰਨੀਆਂ ਵੀ ਸਾਡੀਆਂ ਵੀਡੀਓ ਨੇ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕਣ। ਮੁਮਤਾਜ਼ ਸਾਹਿਬ, ਕੀ ਹਾਲ ਆ? ਅੱਜ ਫਿਰ ਨਵੀਂ ਵੀਡੀਓ ਤੁਹਾਡੇ ਨਾਲ ਹਾਜ਼ਰ ਹਾਂ ਜਨਾਬ, ਅਤੇ ਗੱਲ ਸੁਣਾਓ ਕਿਵੇਂ ਭੇੜੀ ਵਾਲੀ ਗੱਲ ਹੈ? ਭੇੜੀਆਂ ਦੀ ਇਹ ਗੱਲ ਸੀ ਵੀ 8 ਫੁੱਟ ਦੀ ਕੰਧ ਬਣੀ ਸੀ ਉੱਚੀ। ਹਾਂਜੀ, ਉਹ ਨਾਲ ਛਾਪੇ ਵੀ ਲਾਵੀ ਦੇ ਹੁੰਦੇ ਸਨ, ਇਸ ਵਜ੍ਹਾ ਤੋਂ ਮਿਸਾਲ ਵੀ ਭੇੜੀਆ ਅੰਦਰ ਨਾ ਵੜ ਜਾਵੇ। ਇਹ ਜਿਹੜਾ ਉਹ 45 ਕੀ ਦੱਸਦੇ ਫੌਜੀਆਂ ਦਾ, 539 ਚੱਕ ਫੌਜੀਆਂ ਵਾਲਾ, ਬੂਰੇ ਵਾਲਾ, ਬੂਰੇ ਵਾਲੇ ਤੋਂ ਅੱਗੇ 8 ਮੀਲ ਦੇ। ਹਾਂਜੀ, ਉੱਥੇ ਅਸੀਂ 8 ਫੁੱਟ ਦੀ ਕੰਧ ਬਣਵਾਈ ਸੀ ਪਠਾਣਾ ਕੋਲੋਂ। ਹਾਂਜੀ, ਪਠਾਣ ਬਣਾਉਂਦੇ ਸੀ ਕੰਧਾਂ ਅੱਗੇ ਜੀ, ਕੱਚੀਆਂ ਕੰਧਾਂ ਬਣਾਉਂਦੇ ਸੀ ਉਹਨਾਂ ਦੇ ਮਣੇ, ਫਿਰ ਅਸੀਂ ਛਾਪੇ ਲਾਉਂਦੇ ਸਾਂ ਵੀ ਭੇੜੀਆ ਅੰਦਰ ਬਘਿਆੜ ਅੰਦਰ ਨਾ ਵੜ ਕੇ ਭਾਰੂਆਂ ਨੂੰ ਮਾਰੇ ਨਾ। ਹਾਂਜੀ, ਆਏ ਨਾ ਉਹ ਜਨਾਬ, ਮੇਰੀ ਪਤਾ ਨਹੀਂ ਉਹ ਕਿਤੋਂ ਛਾਪਿਆਂ ਦਾ ਸੂਤਰ ਲੱਗਾ ਕਿਵੇਂ ਅਸੀਂ ਬੂਹੇ ਅੱਗੇ ਸੁੱਤੇ ਪਏ ਸਾਂ ਜੀ, ਅਤੇ ਉਹਨੇ ਵਿੱਚ ਵੜ ਗਿਆ ਸੀ ਤੇ ਬੇਫਿਕਰਿਆਂ ਵੀ ਛਾਪੇ ਲੱਗੇ ਨੇ 8 ਫੁੱਟ ਕੰਧੇ, ਕਿੱਥੋਂ ਬਘਿਆੜ ਨੇ ਆ ਜਾਣਾ ਜੀ। ਅੱਛਾ ਤੁਹਾਨੂੰ ਪਤਾ ਹੈਗਾ ਸੀ ਵੀ ਬਘਿਆੜ ਜਿਹੜਾ ਉਹ ਆ ਸਕਦਾ? ਆ ਸਕਦਾ, ਖਤਰਾ ਪੈਂਦਾ ਸੀ ਉੱਧਰ, ਖਤਰਾ ਤਾਂ ਬੜਾ ਸੀ ਜੀ। ਉੱਥੇ ਬਘਿਆੜ ਤਾਂ ਕੁੜੀ ਅਵੇ ਨਵੇਂ ਫਿਰਦੇ ਜਿਵੇਂ ਹੁਣ ਕੁੱਤੇ ਫਿਰਦੇ ਨੇ ਆਪਣੇ ਇਲਾਕਿਆਂ 'ਚ। ਅੱਛਾ, ਉਹਨਾਂ ਦਾ ਬਘਿਆੜ ਦੀ ਨਸਲ ਹੀ ਖਤਮ ਹੋ ਗਈ ਆਪਣੇ ਇਲਾਕੇ, ਲੱਭਦਾ ਹੀ ਕੋਈ ਨਹੀਂ ਦਾ, ਅਤੇ ਉਹ ਅਸੀਂ ਬੇਫਿਕਰੇ ਹੋ ਕੇ ਸੁੱਤੇ ਰਹੇ। ਉਹ ਜਨਾਬ ਉਹਨਾਂ ਦਾ ਕਿਤੇ ਜੋੜੇ ਦਾ ਮਿਸਾਲ ਵੀ ਸੂਤਰ ਲੱਗਾ ਕੰਧੋਂ ਮਾਰੀ ਛਾਲ, ਨਰਮਾਦਾ ਸੀ, ਨਰਮਾਦਾ ਸੀ। ਹਾਂਜੀ, ਉਹਨਾਂ ਨੇ ਜਨਾਬ ਮੇਰੀ ਪਹਿਲੋਂ ਕੋਸ਼ਿਸ਼ ਕਰਦੇ ਰਹੇ ਵੀ ਬਾਹਰ ਨਿਕਲਣ ਦੀ, ਉਹਨਾਂ ਤੋਂ ਨਾ ਨਿਕਲਿਆ ਗਿਆ। ਫਿਰ ਉਹਨਾਂ ਨੇ ਮਾਰ ਕੇ ਜਿਹੜੇ 2 ਭਾਰੂ ਖਾਧੇ ਕਿ 3 ਖਾਧੇ, ਉਹ ਖਾਂਦੇ ਨਹੀਂ ਰਹੇ, ਓਜਰੀ ਨੇ ਗੋਸ਼ਤ ਦੂਜਾ ਉਵੇਂ ਹੀ ਛੱਡ ਦਿੰਦੇ ਨੇ, ਓਜਰੀ ਕੱਢ ਕੇ ਖਾਣੀ ਉਹਨਾਂ ਨੇ। ਅੱਛਾ, ਕੱਲੀ ਓਜਰੀ ਖਾਂਦੇ ਨੇ? ਓਜਰੀ ਖਾਣੀ ਉਹਨਾਂ ਨੇ, ਫਿਫੜਾ ਵੀ ਨਹੀਂ ਖਾਂਦੇ, ਕਲੇਜੀ ਵੀ ਨਹੀਂ ਖਾਂਦੇ, ਦਿਲ ਵੀ ਨਹੀਂ ਖਾਂਦੇ ਉਹਨਾਂ। ਅੱਛਾ, ਉਹਨਾਂ ਦਾ ਤਜਰਬਾ ਕੀਤਾ, ਅੱਖੀ ਜੋ ਵੇਖੇ ਨੇ ਭਾਰੂ ਖਾਂਦੇ ਰਹੇ ਜੇ ਮਸਾਲ ਵੀ ਉਹਨਾਂ ਨੇ ਨਾ ਕਲੇ ਸਿਰਫ ਓਜਰੀ ਖਾਣੀ ਹੈ। ਹਾਂਜੀ, ਓਜਰੀ ਖਾ ਕੇ ਉਹਨਾਂ ਦੇ ਫਿਰ ਬਾਹਰ ਨਾ ਨਿਕਲਿਆ ਜਾਵੇ ਉਹਨਾਂ ਦੇ, ਫਿਰ ਪਤਾ ਹੀ ਕੀ ਉਹ ਸਾਡੀ। ਇੱਕ ਗੱਲ ਮੈਨੂੰ ਦੱਸੋ ਕਿ ਦੂਸਰੇ ਜਿਹੜੇ ਭਾਰੂ ਸੀ ਭੇਡਾਂ ਬੱਕਰੀਆਂ, ਉਹਨਾਂ ਨੇ ਸ਼ੋਰ ਕਿਉਂ ਨਾ ਕੀਤਾ? ਸ਼ੋਰ ਇਹ ਨਹੀਂ ਕਰਦੀਆਂ ਹੁੰਦੀਆਂ, ਇਹਦੀ ਕੀ ਵਜ੍ਹਾ? ਇਹਦੀ ਵਜ੍ਹਾ ਵੀ ਸਗੋਂ ਸਹਿਮ ਜਾਂਦੀਆਂ ਨੇ ਵੀ ਇਹ ਸਾਨੂੰ ਨਾ ਫੜ ਲਵੇ, ਮੈਨੂੰ ਨਾ ਫੜ ਲਵੇ, ਉਹ ਇਸ ਤੋਂ ਐਂ ਸਹਿਮ ਜਾਂਦੀਆਂ ਨੇ ਜਿਵੇਂ ਸਿੱਝੜ ਨਹੀਂ ਕੋਈ। ਜਿਵੇਂ ਕਬੂਤਰ ਕਹਿੰਦਾ ਬਿੱਲੀ ਨੂੰ ਵੇਖ ਕੇ ਅੱਖਾਂ ਮੀਟ ਲੈਂਦਾ ਕਿ ਹੁਣ ਮੈਨੂੰ ਨਹੀਂ, ਕਿਹੜਾ ਇਹਨੇ ਫੜਨਾ, ਮੈਨੂੰ ਇਹਨੇ ਨਹੀਂ ਫੜਨਾ। ਅਤੇ ਮਿਸਾਲ ਹੈ ਵੀ ਉਹ ਨਾ ਉਹਨਾਂ ਨੇ ਨਾ ਮਾਰ ਮਾਰ ਕੇ ਕੰਧ ਦੇ ਨਾਲ ਇਸ ਤਰ੍ਹਾਂ ਨਾ ਤਾਂਘ ਲਾ ਦਿੱਤੀ ਹੈ। ਹਾਂਜੀ, 75 ਕੁ ਭਾਰੂ ਮਾਰ ਕੇ ਤੇ ਨਾਰਾਇਣ ਦੇ ਹਿਸਾਬ ਨਾਲ ਪੌੜੀ ਬਣਾ ਲਈ ਵੀ ਅਸੀਂ ਹੁਣ ਛਾਲ ਮਾਰਾਂਗੇ ਬਾਹਰ ਨਿਕਲ ਜਾਵਾਂਗੇ। ਆਪ ਰੱਜ ਰੁੱਜ ਕੇ ਤੇ ਖੀਰ ਤੇ ਉਹ ਮਸਾਲੇ ਖਾਧੇ, ਦੋ ਤਿੰਨ ਹੀ ਖਾਧੇ ਵੀ ਜਿੰਨੇ ਦੋ ਜੋੜਾ ਵੇਖਾ ਸੀ ਤੇ ਉਹਨਾਂ ਨੇ ਕਿੰਨਾ ਕੁ ਖਾ ਲੈਣਾ ਸੀ। ਹਾਂਜੀ,
ਖਾਣੀ ਵੀ ਉਹੀ ਮਾਰ ਕੇ ਉਹਨਾਂ ਜਨਾਬ ਨਾ ਢਾਂਕ ਲਾ ਦਿੱਤੀ ਐਵੇਂ ਪੌੜੀ ਤਰ੍ਹਾਂ ਪੌੜੀ ਬਣਾ ਕੇ ਤੇ ਉਹ ਲੰਘ ਗਏ ਪਾਰ ਦਿਨੇ ਅਸੀਂ ਉੱਠੇ ਤੇ ਵਾੜੇ ਚ ਗੇੜਾ ਮਾਰਿਆ ਤੇ ਵੇਖਿਆ ਜੀ ਇਹ ਕੀ ਜੀ ਇਹ ਤਾਂ ਭਾਰੂ ਹੀ ਅੱਧੇ ਮਰੇ ਪਏ ਨੇ ਅੱਛਾ 150 ਭਾਰੂ 70-75 ਉਹ ਮਾਰ ਕੇ ਤੇ ਗਮੇ ਖਬਰ ਹੈ ਖਬਰ ਹੈ ਗਮ ਹਾਂ ਮੇਰੀ ਨਾ ਇਹ ਜਿਹਾ ਸਿਸਟਮ ਲਾਇਆ ਵੀ ਹਿਸਾਬ ਲਾ ਲਓ ਵੀ ਉਹਨਾਂ ਨੇ ਪੌੜੀ ਬਣਾ ਲਈ ਪੌੜੀ ਬਣਾ ਕੇ ਨਿਕਲਣ ਦੀ ਕੋਸ਼ਿਸ਼ ਕਰਕੇ ਤੇ ਫਿਰ ਉਹ ਨਿਕਲੇ ਨੇ ਤੇ ਸਾਨੂੰ ਬੇਖਬਰੀ ਦੇ ਵਿੱਚ ਦਿਨੇ ਅਸੀਂ ਰੋਈਏ ਪਿੱਟੀਏ ਵੀ ਇਹ ਕੀ ਬਣ ਗਿਆ ਵੀ ਸਾਡਾ ਤਾਂ ਅੱਧਾ ਨੁਕਸਾਨ ਹੀ ਕਰ ਗਏ ਨੇ ਉਹ ਮਤਲਬ 75 ਜਿਹੜੇ ਸੀ ਉਹ ਭੇਡ ਬੱਕਰੀਆਂ ਖਤਮ ਕਰ ਗਏ ਇੰਨਾ ਖਤਰਨਾਕ ਹੁੰਦਾ ਭੇੜੀਆ ਹੁੰਦਾ ਇਹ ਮਿਸਾਲ ਬਘਿਆੜ ਜਿਹੜਾ ਹੁੰਦਾ ਹਾਂਜੀ ਉਸ ਤੋਂ ਬਾਅਦ ਅਸੀਂ ਬੜੀ ਕੋਸ਼ਿਸ਼ ਕੀਤੀ ਮਾਰਨ ਦੀ ਕੁੜੀ ਆਵਾ ਐਡਾ ਹੁਸ਼ਿਆਰ ਹੁੰਦਾ ਮਰਦਾ ਨੀ ਤਾਂ ਸਵਾਬ ਮਿਸਾਲ ਹਾਂਜੀ ਇਸ ਗੱਲ ਤੋਂ ਨਾ ਭੱਜ ਦਾ ਸਪੀਡ ਬੜੀ ਕੁੱਤੇ ਨਾਲ ਵੀ ਤੇਜ਼ ਹੁੰਦਾ ਹੈ ਹਾਂਜੀ ਇਸ ਵਜ੍ਹਾ ਤੋਂ ਨਾ ਉਹ ਫਿਰ ਬੜੀ ਅਸੀਂ ਰਾਖੀਆਂ ਵੀ ਕਰਨੀਆਂ ਬਹਿਣੀਆਂ ਉਹਨਾਂ ਨੇ ਟਾਂਬੇ ਸੋਟੇ ਲੈ ਕੇ ਬਹਿਣਾ ਉਦੋਂ ਟਾਂਬਿਆਂ ਸੋਟਿਆਂ ਦੇ ਕੁਹਾੜੀਆਂ ਦਾ ਹੁੰਦਾ ਸੀ ਆ ਬੰਦੂਕਾਂ ਬਦਾਕਾਂ ਤੋਂ ਹੁੰਦੀਆਂ ਕੋਈ ਨਹੀਂ ਸੀ ਜੀ ਤੇ ਉਹ ਬਹਰਹਾਲ ਸਾਡੇ ਸੂਤਰ ਨਹੀਂ ਸੀ ਆਉਂਦਾ ਉਹ ਭੱਜ ਜਾਂਦੇ ਜੇ ਸਾਨੂੰ ਪਤਾ ਲੱਗ ਜਾਣਾ ਤਾਂ ਭੱਜ ਜਾਂਦੇ ਕਾਬੂ ਨਾ ਆਉਂਦੇ ਬਾਅਦ 'ਤੇ ਨਾ ਉਹਨਾਂ ਨੇ ਕੀ ਕੰਮ ਕੀਤਾ ਅਸੀਂ ਉੱਧਰੋਂ ਇੱਧਰ ਆ ਗਏ ਨਾ ਜਦੋਂ ਅਤੇ ਇੱਥੇ ਜੰਗਲ ਬੜਾ ਹੁੰਦਾ ਸੀ ਬੋਰੇ ਵਾਲੇ ਜਦੋਂ ਤੁਸੀਂ ਕਸੂਰ ਆ ਗਏ ਕਸੂਰ ਆ ਗਏ ਗੰਜੇ ਬਾਰਡਰ ਗੰਜੇ ਬਾਰਡਰ 'ਤੇ ਇੱਥੇ ਜਦੋਂ ਆਏ ਨਾ ਤਾਂ ਜਨਾਬ ਮੇਰੀ ਉਹਨਾਂ ਨੇ ਦਿਨੇ ਅਸੀਂ ਭੇਡਾਂ ਚਰਾਉਣ ਜਾਣਾ ਦਿਨੇ ਸਾਡੇ ਕੋਲੋਂ ਮਿਸਾਲ ਹੈ ਵੀ ਅਸੀਂ ਦੋ ਦੋ ਬੰਦੇ ਭਾਰੂਆਂ ਨਾਲ ਹੋਈਦਾ ਸੀ ਅਤੇ ਉਹਨਾਂ ਨੇ ਨਾ ਉਦੋਂ ਪਤਾ ਲੱਗਣ ਦੇਣਾ ਜਦੋਂ ਫੜੀ ਕੰਨੋਂ ਤੋਂ ਆ ਬੱਕਰੀ ਭਜਾਈ ਲਿਜਾਂਦੇ ਭੱਜੋ ਵੀ ਭੱਜੋ ਭੱਜੋ ਹਾਂਜੀ ਫੜੀ ਹੋ ਜੀ ਉਹ ਜੀ ਕੋਈ ਛਡਾ ਲੈਣੀ ਕੋਈ ਬੂਟਿਆਂ 'ਚ ਲੈ ਜਾਣੀ ਉਹ ਸਾਡੇ ਭੱਜਦਿਆਂ ਭੱਜਦਿਆਂ ਉਹਨੇ ਸੰਘੀ ਘੁੱਟ ਕੇ ਮਾਰ ਦੇਣੀ ਬੱਕਰੀ ਨੂੰ ਮਗਰੋਂ ਐਂ ਪੁੱਛਲ ਮਾਰਦੇ ਰਹੀ ਕਰਕੇ ਦੱਬ ਕੇ ਬੱਕਰੀ ਸਗੋਂ ਆਪਦੇ ਆਪ ਹੀ ਭੱਜੀ ਜਾਂਦੀ ਡਰਦੀ ਚਾਰੀ ਅੱਛਾ ਬੱਕਰੀ ਨੂੰ ਪੁੱਛਲ ਮਾਰਦਾ ਬਗਿਆੜ ਨੂੰ ਪੁੱਛਲ ਮਾਰਦਾ ਇਸ ਤਰ੍ਹਾਂ ਵੀ ਜੋ ਸੋਟਾ ਮਾਰੀਦਾ ਇੰਨਾ ਸਪੀਡ ਅੱਲਾ ਤਾਲਾ ਨੇ ਇੰਨੀ ਸਖਤੀ ਰੱਖੀ ਹੁੰਦੀ ਪੁਛਲ 'ਚ ਪੁਛਲ 'ਚ ਤੇ ਇਹ ਭਾਰੂ ਤਾਂ ਇਵੇਂ ਸਮਝ ਵੀ ਬਘਿਆੜ ਨੂੰ ਵੇਖ ਲਏ ਤਾਂ ਮਰ ਜਾਂਦਾ ਬੱਕਰੀ ਹੋਵੇ ਭੇੜ ਹੋਵੇ ਇਵੇਂ ਸਮਝ ਵੀ ਉਹ ਖਤਮ ਹੀ ਹੋ ਗਿਆ ਵੀ ਇੰਨਾ ਡਰਦਾ ਇਹਦੇ ਤੋਂ ਇਹਦੀ ਵਾੜ ਹੀ ਆ ਜੇ ਤੇ ਇੰਨਾ ਡਰਦਾ ਤੇ ਬਘਿਆੜ ਤੋਂ ਬਘਿਆੜ ਤੋਂ ਭਾਰੂ ਦੀ ਨਸਲ ਜਿਹੜੀ ਹੈ ਨਾ ਬੱਕਰੀ ਹੋਵੇ ਭੇੜ ਹੋਵੇ ਦੁੰਬਾ ਹੋਵੇ ਛਤਰਾ ਹੋਵੇ ਇਹ ਡਰਦਾ ਹੀ ਇੰਨਾ ਹੈ ਮਿਸਾਲ ਹੈ ਵੀ ਇਹ ਜਾਨਵਰ ਬਘਿਆੜ ਤੋਂ ਅਸੀਂ ਕਿੰਨੀ ਵਾਰੀ ਡਾਂਗਾ ਸੋਟੇ ਲੈ ਕੇ ਭੱਜਣਾ ਲੈ ਵੀ ਫੜੋ ਵੀ ਫੜੋ ਫੜੋ ਤੇ ਉਹ ਕੁੜੀ ਹਵਾ ਨਾ ਸਾਡੇ ਭੱਜਦਿਆਂ ਭੱਜਦਿਆਂ ਭਾਰੂ ਮਾਰ ਕੇ ਸੱਟ ਕੇ ਆ ਗਏ ਹਾਂਜੀ ਇੰਨਾ ਕੁ ਸਪੀਡ ਮਾਰਦੇ ਕੁੜੀ ਹਵਾ ਡਾਂਗਾ ਸੋਟੇ ਨਾਲ ਅਸੀਂ ਬੜਾ ਚਕੰਨੇ ਹੋ ਗਏ ਦਿਨੇ ਭਾਰੂ ਦਿਨੇ ਖੋ ਲੈਂਦਾ ਅੱਛਾ ਰਾਤ ਤੱਕ ਜਾ ਰਹੇ ਇੱਥੇ ਜਦੋਂ ਗੰਜੇ ਬਾਰਡਰ 'ਤੇ ਆਏ ਨਾ ਤੇ ਇੱਥੇ ਬੜਾ ਦਿਨੇ ਭਾਰੂ ਖੋ ਲੈਂਦਾ ਬੰਦੇ ਦੇ ਕੋਲੋਂ ਲੱਗੇ ਜਾਂਦਾ ਪਤਾ ਨਹੀਂ ਲੱਗਣ ਦੇਣਾ ਜੇ ਕਿਤੇ ਬੂਟਿਆਂ 'ਚ ਕ੍ਰਾਸ ਕਰ ਰਹੇ ਭਾਰੂਆਂ ਨੇ ਤੇ ਉਹਨੇ ਪੋਲੀ ਜਿਹੀ ਲੁੱਕ ਕੇ ਬੈਠਾ ਹੁੰਦਾ ਸੀ ਸ਼ੈਲ ਆ ਪੋਲੀ ਜਿਹਾ ਉਹਦੇ ਬੂਟੇ 'ਚ ਹੋਰ ਲੈਣਾ ਸਾਨੂੰ ਛੇੜੂਆਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਭਾਰੂ ਕਿਹੜੇ ਵੇਲੇ ਉਹਨੇ ਨਖੇੜ ਲਿਆ ਬਾਹਰ ਨਿਕਲਣੇ ਵੇਖਣਾ ਲੈ ਵੀ ਆਪਣਾ ਫਲਾਨਾ ਭਾਰੂ ਕੋਲ ਲੈ ਵੀ ਬਘਿਆੜ ਖਾ ਗਿਆ ਉਹ ਬਾਹਰ ਖੁਰਾ ਕੱਢਣਾ ਵੀ ਉਹ ਵੇਖੀਏ ਵੀ ਆਪਣਾ ਭਾਰੂ ਜੇ ਵੇਖਣਾ ਉਹ ਜਿੱਦੋਂ ਅਸੀਂ ਮਾਰ ਲਿਆਂਦਾ ਉਧਰ ਅਗਾਂਹ ਪਿਛਾਂ ਨਿਗਾਹ ਮਾਰਨੀ ਤੂੰ ਉੱਥੇ ਖਾਧਾ ਪਿਆ ਹੋਣਾ ਖੂਨ ਖਾਣ ਡੁੱਲਿਆ ਹੁੰਦਾ ਖੂਨ ਖਾਣ ਡੁੱਲਿਆ ਪਿਆ ਹੁੰਦਾ ਉਹਦਾ ਮਿਸਾਲ ਵੀ ਮਾਸ ਮੂਸ ਚਮੜਾ ਚੁਮੜਾ ਤੇ ਮਿਸਾਲ ਗੋਸ਼ਤ ਵੀ ਉਹ ਸਾਰਾ ਕੁਝ ਨਹੀਂ ਖਾਂਦੇ ਮਿਸਾਲ ਉਹ ਗੋਜਰੀ ਖਾ ਕੇ ਦੂਜਾ ਛੱਡ ਕੇ ਗਿਆ ਠੀਕ ਹੋ ਗਿਆ ਇਸ ਤਰ੍ਹਾਂ ਦਾ ਸਿਸਟਮ ਸੀ ਉਹਨਾਂ ਦਾ ਭਾਰੂ ਖਾਣ ਦਾ ਉਹਨਾਂ ਦਾ ਹੁੰਦਾ ਸੀ ਬਘਿਆੜਾਂ ਦਾ ਬਘਿਆੜਾਂ ਦਾ ਤੇ ਦੋਸਤੋ ਤੁਸੀਂ ਸੁਣ ਲਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਬੂਰੇ ਵਾਲੇ ਨੁਕਸਾਨ ਕੀਤਾ ਇਹਨਾਂ ਦੇ ਜਿਹੜੀਆਂ ਭੇਡ ਬੱਕਰੀਆਂ ਸੀ ਅਤੇ ਉਸ ਤੋਂ ਬਾਅਦ ਫਿਰ ਇੱਥੇ ਜਦੋਂ ਗੰਜੇ ਬਾਰਡਰ 'ਤੇ ਆਏ ਨੇ ਉਦੋਂ ਵੀ ਇਹਨਾਂ ਦੇ ਕੋਲੋਂ ਘਸੀਟ ਕੇ ਅਤੇ ਲੈ ਜਾਂਦੇ ਸੀ ਇਹਨਾਂ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਬਘਿਆੜ ਦੇ ਬਾਰੇ ਤੁਹਾਨੂੰ ਦੱਸ ਰਿਹਾ ਕਿ ਕਿਹੜਾ ਖਤਰਨਾਕ ਜਾਨਵਰ ਹੈ ਲੇਕਿਨ ਹੁਣ ਆਪਣੇ ਇਸ ਇਲਾਕੇ ਦੇ ਵਿੱਚ ਖਤਮ ਹੋ ਗਿਆ ਹੁਣ ਲੱਭਦਾ ਹੀ ਨਹੀਂ ਲੱਭਦਾ ਅਤੇ ਇਹ ਹੁਣ ਇੱਥੇ ਗਿੱਦੜ ਗੁੱਦੜ ਹੈਗੇ ਨੇ ਜਾਂ ਛੋਟੇ ਮੋਟੇ ਦੂਸਰੇ ਕੁੱਤੇ ਵਗੈਰਾ ਅਤੇ ਬਿੱਲੇ ਬਾਹਰ ਦੇ ਇਹ ਫਿਰਦੇ ਨੇ ਲੇਕਿਨ ਅਗਰ ਬਘਿਆੜ ਦੀ ਗੱਲ ਕਰੀਏ ਤੇ ਉਹ ਆਪਣੇ ਇਲਾਕੇ ਦੇ ਵਿੱਚ ਬਿਲਕੁਲ ਹੀ ਖਤਮ ਹੋ ਗਿਆ ਅਸੀਂ ਕਦੀ ਨਹੀਂ ਇੱਥੇ ਦੇਖਿਆ ਗਿੱਦੜ ਜਾਂ ਸੂਰ ਆਮ ਹੈਗੇ ਨੇ ਹੋਰ ਕੁਛ ਸੂਰ ਵੀ ਤਕਰੀਬਨ ਖਤਮ ਹੋ ਗਿਆ ਕਮਾਦਾ ਕਮੂਦਾ ਜੀ ਹੁੰਦਾ ਸੀ ਸੂਰ ਹੁਣ ਘੱਟ ਹੀ ਹੁੰਦਾ ਪਰ ਹੈਗੇ ਨੇ ਪਰ ਵਿਰਲੇ ਨੇ ਹੁਣ ਤੇ ਕਿਹੋ ਜਿਹੀ ਲੱਗੀ ਤੁਹਾਨੂੰ ਵੀਡੀਓ ਕਮੈਂਟਸ ਬੋਕਸ ਦੇ ਵਿੱਚ ਦੱਸਿਆ ਕਰੋ ਤੇ ਮਿਲਦੇ ਹਾਂ ਤੁਹਾਨੂੰ ਬਹੁਤ ਜਲਦ ਅਗਲੀ ਵੀਡੀਓ ਦਾ ਆਪਣਾ ਬਹੁਤ ਤਰ੍ਹਾਂ ਖਿਆਲ ਰੱਖੋ ਅੱਲਾ ਹਾਫਿਜ਼।